ਕਿਤੇ ਵੀ ਨਵੇਂ ਸਰੂਪ ਦੀ ਕੋਈ ਜ਼ਰੂਰਤ ਨਹੀਂ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੜਾਧੜ ਅਜੇ ਵੀ ਛਪਾਈ ਹੁੰਦੀ ਆ। ਦੂਜਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹੀਨੇ ਵਿੱਚ ਦੋ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਕੀਤੇ ਜਾਂਦੇ। ਸ਼੍ਰੋਮਣੀ ਕਮੇਟੀ ਜਿਹੜੀ ਹੈ ਲੌਂਗੋਵਾਲ ਦੇ ਪਿਓ ਦੀ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਅਮਰੀਕ ਸਿੰਘ ਵੱਲੋਂ ਅੱਜ ਡੀਸੀ ਦਫ਼ਤਰ ਤੇ ਮੰਗ ਪੱਤਰ ਦਿੱਤਾ ਗਿਆ। ਉਹਨਾਂ ਵੱਲੋਂ ਕਿਹਾ ਗਿਆ ਕਿ ਹਰ ਗੁਰਦੁਆਰਾ ਸਾਹਿਬ ਦੇ ਅੰਦਰ 4 ਤੋਂ 5 ਪਾਵਨ ਸਰੂਪ ਨੇ ਅਤੇ ਕਿਤੇ ਵੀ ਨਵੇਂ ਪਾਵਨ ਸਰੂਪਾਂ ਦੀ ਕੋਈ ਜ਼ਰੂਰਤ ਨਹੀਂ ਹੈ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਵਨ ਸਰੂਪਾਂ ਦੀ ਛੁਪਾਈ ਕੀਤੀ ਜਾਂਦੀ ਹੈ। ਉਹਨਾਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਕਿ SGPC ਵੱਲੋਂ ਜੋ ਨਵੇਂ ਪਾਵਨ ਸਰੂਪ ਛਾਪੇ ਜਾਂਦੇ ਨੇ ਉਹਨਾਂ 'ਤੇ ਪੱਕੇ ਤੌਰ 'ਤੇ ਰੋਕ ਲਾਈ ਜਾਵੇ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ SGPC ਵੱਲੋਂ ਹਰ ਮਹੀਨੇ 'ਚ ਜੋ 2 ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਕੀਤੇ ਜਾਂਦੇ ਨੇ ਇਹਨਾਂ 'ਤੇ ਵੀ ਪੱਕੇ ਤੌਰ 'ਤੇ ਰੋਕ ਲੱਗਣੀ ਚਾਹੀਦੀ ਹੈ। ਉਹਨਾਂ ਇਲਜ਼ਾਮ ਲਗਾਉਂਦੇ ਕਿਹਾ ਕਿ 2016 ਦੇ ਵਿੱਚ SGPC ਦੀ ਅਣਗਹਿਲੀ ਕਾਰਨ ਜੋ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਉਸ ਟਾਈਮ 'ਤੇ SGPC ਦੇ ਜੋ ਅਹੁਦੇਦਾਰ ਸਨ ਉਹਨਾਂ 'ਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਜਿੱਥੇ ਵੀ ਸਿੱਖ ਸੰਗਤਾਂ ਵੱਸਦੀਆਂ, ਸਿੱਖ ਸੰਗਤਾਂ ਨੇ ਗੁਰਦੁਆਰਾ ਸਾਹਿਬ ਬਣਾਏ ਆ ਅਤੇ ਹਰ ਇੱਕ ਗੁਰਦੁਆਰਾ ਸਾਹਿਬ ਦੇ ਅੰਦਰ 4 ਤੋਂ 5 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਆ। ਕਿਤੇ ਵੀ ਨਵੇਂ ਸਰੂਪ ਦੀ ਕੋਈ ਜ਼ਰੂਰਤ ਨਹੀਂ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੜਾਧੜ ਅਜੇ ਵੀ ਛਪਾਈ ਹੁੰਦੀ ਆ। ਸਿੱਖ ਸੰਗਤਾਂ ਨੇ ਅੱਜ DC ਸਾਹਿਬ ਨੂੰ ਯਾਦ ਪੱਤਰ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਨਵੇਂ ਸਰੂਪ ਛਾਪੇ ਜਾਂਦੇ ਆ ਉਹਨਾਂ 'ਤੇ ਪੱਕੇ ਤੌਰ 'ਤੇ ਰੋਕ ਲੱਗੇ। ਦੂਜਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹੀਨੇ ਵਿੱਚ 2 ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਕੀਤੇ ਜਾਂਦੇ ਇਹਨਾਂ 'ਤੇ ਵੀ ਰੋਕ ਲੱਗਣੀ ਚਾਹੀਦੀ ਆ। 2016 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਣਗਹਿਲੀ ਦੇ ਕਾਰਨ ਅਣਗਿਣਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ। ਉਸ ਟਾਈਮ ਦੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸਨ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 450 ਸਰੂਪ ਕੈਨੇਡਾ ਦੀ ਧਰਤੀ 'ਤੇ ਭੇਜੇ ਗਏ ਸਨ। ਕੈਨੇਡਾ ਦੀ ਧਰਤੀ 'ਤੇ ਜਾ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਨਾ ਤਾਂ ਸਤਿਕਾਰ ਹੋਇਆ ਅਤੇ ਨਾ ਸੇਵਾ ਸੰਭਾਲੀ, ਉਹਨਾਂ ਦੀ ਬੇਅਦਬੀ ਹੋਈ ਆ। ਉਹਦੇ ਵੀ ਜਿਹੜੇ ਦੋਸ਼ੀ ਆ ਉਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੱਜ ਸੰਗਤੀ ਰੂਪ ਦੇ ਵਿੱਚ DC ਸਾਹਿਬ ਨੂੰ ਯਾਦ ਪੱਤਰ ਦਿੱਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਪੱਕੇ ਤੌਰ 'ਤੇ ਛਪਾਈ ਬੰਦ ਹੋਵੇ, ਅਗਨ ਭੇਟ ਦੀ ਜਿਹੜੀ ਸੇਵਾ ਹੁੰਦੀ ਆ ਉਹ ਵੀ ਬੰਦ ਹੋਵੇ ਅਤੇ ਜਿਨ੍ਹਾਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੇ ਪ੍ਰਬੰਧ ਥੱਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਆ ਉਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰ ਉਹਨਾਂ ਦੇ ਵੱਲੋਂ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਗਈ, ਇਹਦੇ ਵਿੱਚ ਯੂ ਟਰਨ ਦਿੱਤਾ ਗਿਆ। ਉਹਨਾਂ ਦਾ ਕਹਿਣਾ ਕਿ ਜਿਹੜੀ ਬੇਅਦਬੀ ਇਹ ਨਹੀਂ ਹੋਈ ਔਰ ਰਜਿਸਟਰ 'ਤੇ ਨਾਮ ਨਹੀਂ ਚੜਾਏ ਗਏ ਜੀ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹ ਨਾਂ ਦੀ ਰਹਿ ਗਈ ਆ, ਇਹ ਬਾਦਲ ਪਰਿਵਾਰ ਦੀ ਕਮੇਟੀ ਆ, ਇਹ ਚੋਰਾਂ ਗਜ਼ਾਰਾਂ ਅਤੇ ਠੱਗਾਂ ਦੀ ਕਮੇਟੀ ਆ। ਇਸ 'ਤੇ ਇਸ ਕਰਕੇ ਸ਼੍ਰੋਮਣੀ ਕਮੇਟੀ ਦੇ ਯੂ ਟਰਨ ਜਾਂ ਬਿਆਨ ਬਦਲਣ ਦੇ ਨਾਲ ਸਿੱਖ ਸੰਗਤਾਂ ਕਦੇ ਇਹਨਾਂ 'ਤੇ ਵਿਸ਼ਵਾਸ ਨਹੀਂ ਕਰਨਗੀਆਂ। ਅਸੀਂ ਤਾਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਜਿਹੜੇ ਵੀ ਦੋਸ਼ੀ ਬਣਦੇ ਆ, ਵੱਡਾ ਅਹੁਦੇਦਾਰ ਆ, ਛੋਟਾ ਮੁਲਾਜ਼ਮ, ਜਿਹੜੇ ਵੀ ਅਹੁਦੇਦਾਰ ਆ ਜਿਨ੍ਹਾਂ ਦੀ ਅਣਗਹਿਲੀ ਦੇ ਕਾਰਨ ਬੇਅਦਬੀ ਹੋਈ ਆ ਉਹਨਾਂ ਨੂੰ ਬਣਦੀ ਜਿਹੜੀ ਕਾਨੂੰਨੀ ਸਜ਼ਾ ਦਿੱਤੀ ਹੈ। ਸ਼੍ਰੋਮਣੀ ਕਮੇਟੀ ਜਿਹੜੀ ਹੈ ਲੌਂਗੋਵਾਲ ਦੇ ਪਿਓ ਦੀ ਨਹੀਂ ਹੈ, ਪੰਥ ਦੀ ਹੈ, ਸੰਗਤ ਦੀ ਹੈ। ਜੋ ਸੰਗਤ ਚਾਹੂਗੀ ਉਸੇ ਤਰ੍ਹਾਂ ਆਊਗਾ। ਜੇਕਰ ਸਾਡੀ ਇਹ ਆਵਾਜ਼ ਪ੍ਰਸ਼ਾਸਨ ਅਤੇ ਸਰਕਾਰ ਨਹੀਂ ਸੁਣਦਾ, ਆਉਣ ਵਾਲੇ ਸਮੇਂ ਵਿੱਚ ਕੋਈ ਅਣਸਖਾਵੀਂ ਘਟਨਾ ਵਾਪਰਦੀ ਹੈ ਉਹਦਾ ਜ਼ਿੰਮੇਵਾਰ ਸਰਕਾਰ ਅਤੇ ਪ੍ਰਸ਼ਾਸਨ ਹੋਊਗਾ। ਕੈਮਰਾਮੈਨ ਮਨੋਜ ਭਗਤ ਨਾਲ ਵਿਸ਼ਾਲ ਸ਼ਰਮ, ਲਾਈਵ ਭਾਰਤ, ਅੰਮ੍ਰਿਤਸਰ।